ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੈਕਟਰ 79 ਦੇ ਵਿੱਚ ਚੱਲਦੇ ਐਮਟੀ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਨੂੰ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਾ ਪੜ੍ਹਾਏ ਜਾਣ ਕਾਰਨ 50000 ਰੁਪਏ ਦਾ ਜੁਰਮਾਨਾ ਲਾਇਆ ਗਿਆ। ਮંત્રી ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਪ੍ਰਤੀ ਕਿਸੇ ਵੀ ਕਿਸਮ ਦੀ ਬੇਰੁਖੀ ਅਪਣਾਉਣ ਵਾਲੇ ਸਕੂਲਾਂ ਨੂੰ ਬਖਸ਼ਿਸ਼ ਨਹੀਂ ਸਖਤ ਕਾਰਵਾਈ ਕਰੇਗੀ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 28 ਜੁਲਾਈ ਸ਼ੁੱਕਰਵਾਰ ਨੂੰ ਸਿੱਖਿਆ ਵਿਭਾਗ 'ਚ ਕੰਮ ਕਰ ਰਹੇ 12500 ਕੱਚੇ ਅਧਿਆਪਕਾਂ ਨੂੰ ਪੱਕੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪਣਗੇ ਮਨੀਪੁਰ ਦੇ ਵਿੱਚ ਦੋ ਔਰਤਾਂ ਦੇ ਨਾਲ ਜਿਹੜੀ ਸ਼ਰਮਨਾਕ ਹਰਕਤ ਕੀਤੀ ਗਈ ਹੈ ਜਿਸ ਤਰੀਕੇ ਨਾਲ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਉਹ ਮਸਲਾ ਕੱਲ ਵੀ ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਗੂੰਜਦਾ ਰਿਹਾ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਦੇ ਲਈ ਕਿਹਾ ਜਿਸ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਪਰ ਦੇ ਲਈ ਮੁਲਤਵੀ ਕਰ ਦਿੱਤੀ ਗਈ ਜਦ ਕੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਾਵਾ ਕੀਤਾ ਕਿ ਸਰਕਾਰ ਤਾਂ ਮਨੀਪੁਰ ਬਾਰੇ ਚਰਚਾ ਦੇ ਲਈ ਤਿਆਰ ਹੈ ਪਰ ਵਿਰੋਧੀ ਧਿਰ ਗੰਭੀਰ ਨਹੀਂ ਹੈ ਇਸ ਦਰਮਿਆਨ 21 ਜੂਨ ਨੂੰ ਜਿਹੜੀ ਸਮੱਸਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਦੇ ਵਿੱਚ ਕਈ ਖੁਲਾਸੇ ਹੋ ਰਹੇ ਨੇ ਪਤਾ ਲੱਗਿਆ ਕਿ ਮਈ ਮਹੀਨੇ ਦੇ ਵਿੱਚ ਦੋ ਆਦੀਵਾਸੀ ਔਰਤਾਂ ਨੂੰ ਅਗਵਾ ਕਰਕੇ ਨਗਨ ਘੁਮਾਉਣ ਤੋਂ ਪਹਿਲਾਂ ਹਜ਼ਾਰ ਲੋਕਾਂ ਦੇ ਹਥਿਆਰਬੰਦ ਹਜ਼ੂਮ ਨੇ ਮਨੀਪੁਰ ਦੇ ਕਾਂਗਪੋਕਵੀ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਦਰਿੰਦਗੀ ਤੇ ਵੈਸ਼ੀਪੁਣੇ ਦੀ ਖੁੱਲੀ ਖੇਡ ਖੇਡੀ ਸੀ ਪਿੰਡ ਤੇ ਹੱਲਾ ਬੋਲਦਿਆਂ ਘਰਾਂ ਦੇ ਵਿੱਚ ਲੁੱਟਖੋ ਮਚਾਈ ਅੱਗ ਲਾਈ ਕਤਲ ਕੀਤੇ ਔਰਤਾਂ ਦੇ ਨਾਲ ਜ਼ਬਰ ਜਨਾਹ ਵੀ ਕੀਤਾ ਪਿੰਡ ਦੇ ਇੱਕ ਨੌਜਵਾਨ ਨੇ ਆਪਣੀ ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਹਜ਼ੂਮ ਨੇ ਉਸ ਦਾ ਹੀ ਕਤਲ ਕਰ ਦਿੱਤਾ ਤੇ ਫਿਰ ਦੋ ਆਦੀਵਾਸੀ ਔਰਤਾਂ ਨੂੰ ਨਿਰਵਸਤਰ ਕਰਕੇ ਇਲਾਕੇ ਦੇ ਵਿੱਚ ਘੁਮਾਇਆ ਗਿਆ ਸਭ ਦੇ ਸਾਹਮਣੇ ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ ਐਫ ਆਈ ਆਰ ਮੁਤਾਬਕ 900 ਤੋਂ 1000 ਦੇ ਕਰੀਬ ਵਿਅਕਤੀ ਜਿਨ੍ਹਾਂ ਦੇ ਕੋਲ ਇੱਕ ਇੱਕ ਰਾਈਫਲ ਐਸ ਐਲ ਆਰ ਇਨਸਾਸ ਤੇ 0.33 ਰਾਈਫਲ ਵਰਗੇ ਆਧੁਨਿਕ ਹਥਿਆਰ ਸਨ 4 ਮਈ ਨੂੰ ਇਹ ਸਾਰੀ ਘਟਨਾ ਵਾਪਰੀ ਸੀ ਤੇ ਸਾਈਕਲ ਪੁਲਿਸ ਸਥਾਨੇ ਤੋਂ 68 ਕਿਲੋਮੀਟਰ ਦੱਖਣ ਵੱਲ ਕਾਂਗਪੋਕੀ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਜ਼ਬਰੀ ਦਾਖਲ ਹੋਏ ਸਨ ਟਾਈਮ ਹੀ ਨਿਆ ਬਾਅਦ ਜਦੋਂ ਇਹ ਮਾਮਲਾ ਲਾਈਮਲਾਈਟ ਦੇ ਵਿੱਚ ਆਇਆ ਤਾਂ ਪੁਲਿਸ ਇਸਤੇ ਕਾਰਵਾਈ ਕਰ ਰਹੀ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਪਰਚਾ ਦਰਜ ਕਰਨ ਦੇ ਬਾਵਜੂਦ ਮੁਲਜ਼ਮ ਗ੍ਰਿਫਤਾਰ ਨਹੀਂ ਕੀਤੇ ਗਏ ਸਨ ਕੱਲ 4 ਗ੍ਰਿਫਤਾਰ ਮੁਲਜ਼ਮਾਂ ਨੂੰ 11 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਇਹਨਾਂ ਨੂੰ ਥੋਬਲ ਜ਼ਿਲ੍ਹੇ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੇ ਨਾਮ ਜਿਹੜੇ ਨੇ ਉਹ ਨਸ਼ਰ ਨਹੀਂ ਕੀਤੇ ਜਾ ਰਹੇ ਉਧਰ ਬਣੀਪੁਰ ਦੇ ਮੁੱਖ ਮੰਤਰੀ ਅਨਬੀਰੇਨ ਸਿੰਘ ਨੇ ਕਿਹਾ ਕਿ ਸਾਡੇ ਸੂਬੇ ਦੇ ਲੋਕ ਤਾਂ ਔਰਤਾਂ ਨੂੰ ਮਾਂ ਮੰਨਦੇ ਨੇ ਪਰ ਇਹਨਾਂ ਸਮਾਜ ਵਿਰੋਧੀ ਅੰਸਰਾਂ ਨੇ ਇਸ ਦਿਖ ਨੂੰ ਦਾਗਦਾਰ ਕਰ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਘਟਨਾ ਦੇ ਸਾਜ਼ਿਸ਼ ਕਾਣਾਂ ਦੇ ਖਿਲਾਫ ਸਖਤ ਕਾਰਵਾਈ ਅਸੀਂ ਯਕੀਨੀ ਬਣਾਵਾਂਗੇ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਵੀ ਕੀਤੀ ਜਾ ਸਕਦੀ ਹੈ ਔਰਤਾਂ ਦੀ ਬੇਵਪਤੀ ਦੀ ਜਿੱਥੇ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਉਸ ਤੋਂ ਵੀ ਵੱਧ ਦੁਖਦਾਈ ਹੈ ਕਿ ਇੱਕ ਔਰਤ ਦਾ ਪਤੀ ਕਾਰਗਿਲ ਦੀ ਜੰਗ ਦੇ ਵਿੱਚ ਜੂਝ ਚੁੱਕਿਆ ਹੈ ਕਾਰਗਿਲ ਦੀ ਜੰਗ ਵੇਲੇ ਸੂਬੇਦਾਰ ਵਜੋਂ ਤੈਨਾਤ ਔਰਤ ਦਾ ਪਤੀ ਅੱਜਕੱਲ ਰਿਟਾਇਰਡ ਫੌਜੀ ਹੈ ਤੇ ਦੁਖੀ ਹੁੰਦਿਆਂ ਉਸਨੇ ਕਿਹਾ ਕਿ ਦੇਸ਼ ਤਾਂ ਬਚਾ ਲਿਆ ਪਰ ਆਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਚਾ ਸਕਿਆ ਕਹਿੰਦੇ ਮੈਂ ਦੇਸ਼ ਲਈ ਕਾਰਗਿਲ ਦੀ ਜੰਗ ਲੜੀ ਭਾਰਤੀ ਸ਼ਾਂਤੀ ਸੈਨਾ ਵੱਲੋਂ ਸ਼੍ਰੀਲੰਕਾ ਦੇ ਵਿੱਚ ਵੀ ਹਿੱਸਾ ਲਿਆ ਅੱਜ ਮੈਂ ਆਪਣੇ ਘਰ ਆਪਣੀ ਪਤਨੀ ਤੇ ਪਿੰਡ ਵਾਸੀਆਂ ਨੂੰ ਮਹਿਫੂਜ਼ ਨਹੀਂ ਕਰ ਸਕਿਆ ਮੈਂ ਨਿਰਾਸ਼ ਹਾਂ ਤੇ ਪਰੇਸ਼ਾਨ ਹਾਂ ਉਧਰ ਜਿੱਥੇ ਸਰਕਾਰ ਵਿਰੋਧੀ ਧਿਰ ਨੂੰ ਕਹਿ ਰਹੀ ਹੈ ਕਿ ਅਸੀਂ ਚਰਚਾ ਲਈ ਤਿਆਰ ਹਾਂ ਵਿਰੋਧੀ ਧਿਰ ਗੰਭੀਰ ਨਹੀਂ ਹੈ ਤਾਂ ਦੂਸਰੇ ਪਾਸੇ ਕਾਂਗਰਸ ਨੇ ਵੀ ਦੋਸ਼ ਲਾਇਆ ਕਿ ਸਰਕਾਰ ਸੰਸਦ ਵਿੱਚ ਮਨੀਪੁਰ ਮਸਲੇ ਤੇ ਚਰਚਾ ਲਈ ਗੰਭੀਰ ਨਹੀਂ ਹੈ ਭਾਜਪਾ ਤੇ ਸੰਸਦ ਵਿੱਚ ਬਹਿਸ ਦੇ ਨਾਂ ਤੇ ਰਸਮੀ ਖਾਨਾਪੂਰਤੀ ਕਿਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ मणिपुर ਦੇ ਵਿੱਚ ਵਾਪਰੀ ਇਸ ਸ਼ਰਮਨਾਕ ਘਟਨਾ ਤੇ ਲੋਕ ਗੁੱਸੇ ਦੇ ਵਿੱਚ ਨੇ ਸਾਬਕਾ دہشتਗਰਦਾਂ ਦੀ ਜਥੇਬੰਦੀ ਪੀਸ ਅਕੋਰਡ ਐਮ ਐਨ ਐਫ ਫੋਰ ਰਿਟਰਨਿਸ ਐਸੋਸੀਏਸ਼ਨ ਯਾਨੀ ਕਿ ਪਾਮਰਾ ਨੇ ਮੈਤਈ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸੁਰੱਖਿਆ ਦੇ ਲਈ ਮਿਜ਼ੋਰਮ ਛੱਡ ਕੇ ਚਲੇ ਜਾਣ ਜਥੇਬੰਦੀ ਨੇ ਕਹਿ ਕੇ ਹੰਸਾ ਦੇ ਚੰਬੇ ਗਵਾਂਡੀ ਸੂਬੇ ਦੇ ਵਿੱਚ ਦੋ ਆਦੀਵਾਸੀ ਔਰਤਾਂ ਨੂੰ ਨਗਨ ਘੁਮਾਉਣ ਵਾਲੀ ਵੀਡੀਓ ਕਰਕੇ ਮਿਜ਼ੋਰਮ ਦੇ ਨੌਜਵਾਨਾਂ ਦੇ ਵਿੱਚ ਗੁੱਸਾ ਹੈ ਦਰਅਸਲ ਮਨੀਪੁਰ ਦੇ ਵਿੱਚ ਪਿਛਲੇ 3 ਕੁ ਮਹੀਨਿਆਂ ਤੋਂ ਕੁਕੀ ਤੇ ਮੈਤੀ ਭਾਈਚਾਰਿਆਂ ਦੇ ਵਿਚਾਲੇ ਬੇਵਜ੍ਹਾ ਟਕਰਾਅ ਚੱਲ ਰਿਹਾ ਹੈ ਉਧਰ ਕੌਮੀ ਮੈਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਜਿਨ੍ਹਾਂ ਨੂੰ ਲੋਕਾਂ ਦੇ ਤਿੱਖੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਵੀ ਸਪਸ਼ਟੀਕਰਨ ਦਿੱਤਾ ਹੈ ਹਾਲਾਂਕਿ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅਜ ਤੱਕ ਘਟਨਾ ਸਥਾਨ ਤੇ ਨਹੀਂ ਪਹੁੰਚੀ ਤੇ ਨਾ ਹੀ ਇਹਨਾਂ ਔਰਤਾਂ ਦੇ ਨਾਲ ਮੁਲਾਕਾਤ ਕੀਤੀ ਹੈ ਪਰ ਰੇਖਾ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਮਨੀਪੁਰ ਦੇ ਵਿੱਚ ਮਹਿਲਾਵਾਂ ਖਿਲਾਫ ਹਿੰਸਾ ਨਾਲ ਜੁੜੇ ਮਾਮਲੇ ਨੂੰ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਤਿੰਨ ਵਾਰੀ ਮਨੀਪੁਰ ਅਥਾਰਟੀਸਟ ਕੋਲ ਪਹੁੰਚ ਕੀਤੀ ਪਰ ਸੂਬਾ ਸਰਕਾਰ ਦੇ ਵੱਲੋਂ ਕੋਈ ਜਵਾਬ ਹੀ ਨਹੀਂ ਮਿਲਿਆ ਯਾਨੀ ਕਿ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਵੱਲੋਂ ਹੁਣ ਆਪਣਾ ਤਰਕ ਦੇ ਕੇ ਪੱਲਾ ਝਾੜਿਆ ਜਾ ਰਿਹਾ ਹੈ ਪਰ ਸਵਾਲ ਹੁੰਦਾ ਹੈ ਕਿ ਇੱਕ ਵਾਰੀ ਵੀ ਰੇਖਾ ਸ਼ਰਮਾ ਇਸ ਇਲਾਕੇ ਦੇ ਵਿੱਚ ਗਏ ਕਿਉਂ ਨਹੀਂ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਵੀ ਇਸ ਘਟਨਾ ਦੇ ਖਿਲਾਫ ਰੋਹ ਵਧਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ ਤੇ ਕੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਵਿਦਿਆਰਥੀਆਂ ਨੇ ਜ਼ਬਰਦਸਤ ਰੋਸ ਮੁਜ਼ਾਰਾ ਕੀਤਾ ਤੇ ਅੱਜ ਲਲਕਾਰ ਜਥੇਬੰਦੀ ਤੇ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਸ਼ਾਮ ਨੂੰ 5:30 ਵਜੇ ਸੈਕਟਰ 17 ਪਲਾਜ਼ਾ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਊਗਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਨੂੰ ਭਾਰਤ ਦੇ ਸਮੁੱਚੇ ਕਥਿਤ ਲੋਕਤੰਤਰ ਦਾ ਚੀਰ ਹਰਨ ਦੱਸਿਆ ਹੈ ਜਥੇਦਾਰ ਸਾਹਿਬ ਨੇ ਕਿਹਾ ਕਿ ਉਹਨਾਂ ਇਸਤਰੀਆਂ ਤੇ ਉਹਨਾਂ ਦੀ ਕੌਮ ਜਾਂ ਭਾਈਚਾਰੇ ਦੀ ਅਸਹਿ ਪੀੜਾ ਨੂੰ ਸਾਡੇ ਤੋਂ ਵੱਧ ਯਾਨੀ ਕਿ ਸਿੱਖਾਂ ਤੋਂ ਵੱਧ ਕੌਣ ਜਾਣ ਸਕਦਾ ਹੈ ਕਿਉਂਕਿ 1984 ਦੇ ਵਿੱਚ ਦਿੱਲੀ ਸਮੇਤ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਇਸ ਤੋਂ ਵੀ ਵੱਡਾ ਦੁਖਾਂਤ ਸਾਡੇ ਨਾਲ ਵਾਪਰਿਆ ਸੀ ਔਰਤਾਂ ਦੇ ਨਾਲ ਅਜਿਹਾ ਕਿਨੌਣਾ ਵਿਹਾਰ ਇਹ ਲੋਕ ਮਹਾਭਾਰਤ ਦੇ ਉਸ ਅਧਿਆਇ ਤੋਂ ਸਿੱਖਦੇ ਨੇ ਜਿਦੇ ਵਿੱਚ ਰਾਜ ਦੀ ਸਰਪ੍ਰਸਤੀ ਤੇ ਨਿਗਾਹਾਂ ਦੇ ਸਾਹਮਣੇ ਦ੍ਰੋਪਦੀ ਨੂੰ ਨਿਰਵਸਤਰ ਕੀਤੇ ਜਾਣ ਦਾ ਉਲੇਖ ਹੈ ਪਰ ਕਹਿੰਦੇ ਲੋਕ ਇਹ ਭੁੱਲ ਜਾਂਦੇ ਨੇ ਕਿ ਅਜਿਹੇ ਵਰਤਾਰੇ ਹੀ ਸਟੇਟ ਦੇ ਸਰਬਨਾਸ਼ ਦਾ ਕਾਰਨ ਬਣਦੇ ਨੇ ਤੇ ਹੋ ਰਹੇ ਜ਼ੁਲਮਾਂ ਖਿਲਾਫ ਬੋਲਣਾ ਜਾਂ ਪੀੜਤਾਂ ਪ੍ਰਤੀ ਹਮਦਰਦੀ ਕਰਨੀ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਸਿਖਾਈ ਹੈ ਤੇ ਪੰਜਾਬ ਦੀ ਧਰਤੀ ਤੇ ਈਸਾਈਅਤ ਦੇ ਨਾਂ ਤੇ ਖੁੱਲੇ ਡੇਰੇ ਦੇ ਨਕਲੀ ਬਣੇ ਪਾਸਟਰਾਂ ਦੀ ਜ਼ੁਬਾਨ ਨੂੰ ਲੱਗੇ ਤਾਲੇ ਉਹਨਾਂ ਲੋਕਾਂ ਦੇ ਲਈ ਸਬਕ ਨੇ ਜੋ ਇਹਨਾਂ ਦੇ ਜਾਲ 'ਚ ਫਸ ਕੇ ਆਪਣੇ ਮੂਲ ਧਰਮ ਨੂੰ ਤਿਆਨਛਲੀ ਦਿੰਦੇ ਨੇ 1984 ਸਿੱਖ ਨਸਲ ਖੁਸ਼ੀ ਦੇ ਵਕੀਲ ਐਚਐਸ ਫੂਲਕਾ ਨੇ ਵੀ ਤਿੱਖਾ ਬਿਆਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਸੁਪਰੀਮ ਕੋਰਟ ਹੁਣ ਮਨੀਪੁਰ ਦੇ ਮਾਮਲੇ 'ਚ ਕਾਰਵਾਈ ਕਰ ਰਹੀ ਹੈ ਪਰ ਦਿੱਲੀ ਦੇ ਵਿੱਚ 1984 'ਚ ਸੁਪਰੀਮ ਕੋਰਟ ਮੂਕ ਦਰਸ਼ਕ ਬਣੀ ਰਹੀ ਜਦੋਂ ਕਿ ਇਹ ਸਾਰਾ ਕੁਝ ਕਿਲੋਮੀਟਰ ਦੀ ਦੂਰੀ ਤੇ ਹੋ ਰਿਹਾ ਸੀ ਇੱਕ ਘਟ ਗਣਤੀ ਪਾਈਚਾਰੇ ਦੀਆਂ ਔਰਤਾਂ ਦੇ ਨਾਲ ਹੋ ਰਿਹਾ ਸੀ ਜਿਹੜਾ ਹਫਤਾ ਹੋ ਗਿਆ ਜਦੋਂ ਪਾਰੀ ਮੀਂਹ ਪਿਆ ਸੀ ਉਸ ਮੀਂਹ ਦਾ ਕਹਿਰ ਹੈ ਜਿਹੜਾ ਹਾਲੇ ਤੱਕ ਨਹੀਂ ਮੁੱਕਿਆ ਕਿਉਂਕਿ ਕਗਰ ਦਾ ਪਾਣੀ ਮਾਨਸਾ ਇਲਾਕੇ ਦੇ ਵਿੱਚ ਲਗਾਤਾਰ ਮਾਰ ਕਰ ਰਿਹਾ ਹੈ ਪਾਣੀ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਹੈ ਕਗਰ ਦੀ ਮਾਰ ਹੇਠ ਆਏ ਇੱਥੋਂ ਦੇ 15 ਪਿੰਡਾਂ ਦੀਆਂ ਸੜਕਾਂ ਰੁੜ ਗਈਆਂ ਨੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਵਿੱਚ ਸਿਰਫ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਹਰਿਆਣਾ ਦੇ ਚਾਂਦਪੁਰਾ ਤੋਂ ਲੈ ਕੇ ਪੰਜਾਬ ਦੇ ਸਰਦੂਲਗੜ ਤੱਕ ਕੱਗਰ ਦਰਿਆ ਦੇ 60 ਤੋਂ 70 ਕਿਲੋਮੀਟਰ ਦੇ ਇਲਾਕੇ ਵਿੱਚ ਇੱਕ ਦਰਜਨ ਤੋਂ ਵੱਧ ਪਾੜ ਪੈ ਚੁੱਕੇ ਨੇ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੁੱਢਲਾਡਾ ਸਰਦੂਲਗੜ ਅਤੇ ਹਰਿਆਣਾ ਦੇ ਰਤਿਆ ਦੇ ਦਰਜਨਾ ਪਿੰਡਾਂ ਦੇ ਸਾਰੇ ਸੜਕੀ ਸੰਪਰਕ ਟੁੱਟ ਚੁੱਕੇ ਨੇ। ਬੁਲਾਡਾ ਹਲਕੇ ਦੇ ਪਿੰਡ ਬੀਰੇਵਾਲਾ ਡੋਗਰਾ ਰਿਉਂਦ ਕਲਾਂ ਰਿਉਂਦ ਖੁਰਦ ਕੁਲਰੀਆਂ ਗੋਰਖਨਾਥ ਮੰਡੇਰ ਅਤੇ ਫਿਰ ਹਰਿਆਣਾ ਦੇ ਪਿੰਡ ਬੱਬਨਪੁਰ ਬਾਦਲਗੜ ਚਾਂਦਪੁਰਾ ਬਾਂਮਣਵਾਲਾ ਲੁਠੇਰਾ ਨੰਗਲ ਸਰਦਾਰੇ ਵਾਲਾ ਤੇ ਰੋਜ਼ਾਵਾਲੀ ਦੇ ਵਿੱਚ ਫਸਲਾਂ ਦਾ 100% ਨੁਕਸਾਨ ਹੋ ਚੁੱਕਿਆ ਹੈ ਜਿਹੜੇ ਪਿੰਡ ਧਰਾਤਲ ਤੋਂ ਜ਼ਿਆਦਾ ਨੀਵੇਂ ਨੇ ਉਹਨਾਂ ਦੇ ਵਿੱਚ 6-6 ਫੁੱਟ ਤੱਕ ਪਾਣੀ ਜਮਾ ਹੋ ਗਿਆ ਹੈ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਮੱਛਰ ਸੇਤ ਸੂਲਤਾਂ ਤੇ ਪਸ਼ੂਆਂ ਦੇ ਲਈ ਹਰੇ-ਚਾਰੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕੇ ਦੇ ਲੋਕਾਂ ਮੁਤਾਬਿਕ ਜੇ ਪਾੜ ਛੇਤੀ ਨਾ ਪੂਰੇ ਗਏ ਤਾਂ ਦਰਿਆ ਆਪਣਾ ਰਾਹ ਬਦਲ ਲੂਗਾ ਵੱਡੀ ਗਿਣਤੀ ਪਿੰਡ ਤੇ ਵਾਹੀਯੋਗ ਜ਼ਮੀਨ ਇਸ ਤੇ ਮਾਰ ਹੇਠ ਆਏ ਜਾਏਗੀ ਜੇ ਮਾਨਸਾ ਪ੍ਰਸ਼ਾਸਨ ਨੇ ਪਹਿਲਾਂ ਵਾਂਗ ਹੀ ਅਣਗਹਿਲੀ ਜਾਰੀ ਰੱਖੀ ਤਾਂ ਹੋਰ ਪਿੰਡਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ ਜ਼ਾਹਰ ਤੌਰ ਤੇ ਸਰਕਾਰ ਨੂੰ ਪਾਣੀ ਬਾਹਰ ਕੱਢਣ ਦੇ ਲਈ ਤੁਰੰਤ ਪ੍ਰਬੰਧ ਕਰਨੇ ਚਾਹੀਦੇ ਨੇ ਕਿਉਂਕਿ ਇੱਕ ਗਰਦਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਨੀਵਾ ਨਹੀਂ ਹੋ ਰਿਹਾ ਇਸ ਕਰਕੇ ਇਲਾਕਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਹੈ ਉਧਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਹੜ੍ਹ ਪ੍ਰਭਾਵਿਤ ਡੇਰਾ ਬਾਬਾ ਨਾਨਕ ਤੇ ਹੋਰ ਨੇੜਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਇੱਥੇ ਹੜ੍ਹ ਦੇ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਰਤਾਰਪੁਰ ਲਾਂਘੇ ਨੇੜੇ ਤੁਸੀਂ ਬੰਨ ਤੇ ਪਾਣੀ ਦਾ ਪੱਧਰ ਘਟਣ ਦਾ ਹਾਲਾਂਕਿ ਦਾਵਾ ਕੀਤਾ ਗਿਆ ਤੇ ਕਰਤਾਰਪੁਰ ਲਾਂਘਾ ਜਿਹੜਾ ਕਿ ਅੱਜ ਤੱਕ ਲਈ ਬੰਦ ਰੱਖਿਆ ਗਿਆ ਹੈ ਉਸ ਦੇ ਕੱਲ੍ਹ ਮੁੜ ਖੁੱਲਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਦੀ ਜਾਣਕਾਰੀ ਦੇ ਮੁਤਾਬਕ ਹੁਣ ਤੱਕ ਸੂਬੇ ਦੇ ਹੜ੍ਹਾਂ ਤੋਂ ਪ੍ਰਭਾਵਿਤ 26800 ਲੋਕਾਂ ਨੂੰ ਸਰਕਾਰੀ ਏਜੰਸੀਆਂ ਤੇ ਗੈਰ ਸਰਕਾਰੀ ਸੰਸਥਾਵਾਂ ਨੇ ਸੁਰੱਖਿਆਤਾਮਤੀ ਪਹੁੰਚਾਇਆ ਹੈ 21 ਜੁਲਾਈ ਨੂੰ ਸਵੇਰੇ 8 ਵਜੇ ਤੱਕ 1441 ਪਿੰਡ ਹੜ ਨਾਲ ਪ੍ਰਭਾਵਿਤ ਹੋਏ ਨੇ 155 ਰਾਹਤ ਕੈਂਪ ਵੀ ਸੂਬੇ ਦੇ ਵਿੱਚ ਚੱਲ ਰਹੇ ਨੇ 4560 ਲੋਕਾਂ ਦਾ ਇhtਿਆਾਰ ਜੀ ਵਸੇਬਾ ਕੀਤਾ ਗਿਆ ਇਸ ਵਕਤ ਤਰਨਤਾਰਨ ਫਿਰੋਜ਼ਪੁਰ ਫਤਿਗੜ ਸਾਹਿਬ ਫਰੀਦਕੋਟ ਹੁਸ਼ਿਆਰਪੁਰ ਰੂਪਨਗਰ ਕਪੂਰਥਲਾ ਪਟਿਆਲਾ ਮੋਗਾ ਲੁਧਿਆਣਾ ਐਸਐਸ ਨਗਰ ਮੁਹਾਲੀ ਫਾਜ਼ਿਲਕਾ ਗੁਰਦਾਸਪੁਰ ਮਾਨਸਬ ਠਿੰਡਾ ਤੇ ਪਠਾਨਕੋਟ ਸਮੇਤ 19 ਜ਼ਿਲ੍ਹੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਨੇ ਤੇ ਹੁਣ ਤੱਕ ਕੁੱਲ 40 ਲੋਕਾਂ ਦੀ ਜਾਨ ਜਾ ਚੁੱਕੀ ਹੈ ਪੰਜਾਬ ਸਰਕਾਰ ਤੇ ਸੂਬਾ ਪ੍ਰਸ਼ਾਸਨ ਭਾਵੇਂ ਮੌਕੇ ਤੇ ਜਾ ਕੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਫੇਲ ਸਾਬਿਤ ਹੋ ਰਹੇ ਨੇ ਪਰ ਰਾਸ਼ੀਏ ਜਿਹੜੀ ਪੀੜਤਾਂ ਨੂੰ ਉਹ ਮਿਲਨੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਹੜਤ ਦੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੁੱਲ 40 ਦੇ ਵਿੱਚੋਂ 10 ਜਾਨਾਂ ਹੜ੍ਹਾਂ ਦੇ ਨਾਲ ਚਲੀਆਂ ਗਈਆਂ ਨੇ ਤੇ ਕੱਲ ਪਟਿਆਲਾ ਸ਼ਹਿਰ ਦੇ ਫੌਤ ਹੋਣ ਵਾਲੇ ਦੋਵੇਂ ਜੀਆ ਦੇ ਪਰਿਵਾਰਾਂ ਨੂੰ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਸਰਕਟ ਹਾਊਸ ਦੇ ਵਿੱਚ 4-4 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦੇ ਮੁਤਾਬਿਕ ਪੰਜਾਬ ਦੇ ਕਈ ਵਿਧਾਇਕ ਅਤੇ ਮੰਤਰੀ ਆਪੋ ਆਪਣੇ ਇਲਾਕਿਆਂ ਦੇ ਵਿੱਚ ਦੌਰੇ ਜ਼ਰੂਰ ਕਰ ਰਹੇ ਨੇ ਲੋਕਾਂ ਦੀ ਮਦਦ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਇਸ ਦਰਮਿਆਨ ਸਭ ਤੋਂ ਵੱਧ ਮਦਦ ਜੇ ਕੋਈ ਪੰਜਾਬ ਦੇ ਲੋਕਾਂ ਦੀ ਕਰ ਰਿਹਾ ਹੈ ਤਾਂ ਉਹਨੇ ਸਮਾਜ ਸੇਵੀ ਸੰਸਥਾਵਾਂਾਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਸਿੱਖ ਜਥੇਬੰਦੀਆਂ ਨੇ ਤੇ ਉਸ ਤੋਂ ਵੀ ਵੱਧ ਲੋਕ ਆਪਣੇ ਆਪ ਦੀ ਖੁਦ ਮਦਦ ਕਰ ਰਹੇ ਨੇ ਸਰਕਾਰੀ ਮਦਦ ਦੀ ਉਡੀਕ ਕੀਤੇ ਬਿਨਾਂ ਹੀ ਜਦੋਂ ਲੋਕ ਆਪਣੇ ਆਲੇ ਦੁਆਲੇ ਦੇ ਵਿੱਚ ਲੋੜਵੰਦਾਂ ਨੂੰ ਦੇਖਦੇ ਨੇ ਤਾਂ ਮਦਦ ਦੇ ਲਈ ਤੁਰ ਪੈਂਦੇ ਨੇ ਕੋਈ ਭੋਜਨ ਲੈ ਕੇ ਜਾ ਰਿਹਾ ਕੋਈ ਦਵਾਈਆਂ ਵੰਡ ਰਿਹਾ ਕੋਈ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਕਰ ਰਿਹਾ ਹੈ ਕੋਈ ਕਿਸ਼ਤੀਆਂ ਲੈ ਕੇ ਹੜਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਵਿੱਚ ਜੁਟਿਆ ਹੋਇਆ ਤੇ ਇਹਨਾਂ ਸਾਰੇ ਲੋਕਾਂ ਦੀ ਸੇਵਾ ਨੂੰ ਅਸੀਂ ਸਲਾਮ ਪੇਜਦੇ ਹਾਂ ਤੇ ਪੰਜਾਬ ਸਰਕਾਰ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਜਿਹੜੀ ਉਹ ਹੜਪੀਟਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਦਾਨ ਵੀ ਕੀਤੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਸਿੱਧ ਲੈਂਦਿਆ ਹੋਇਆ ਪਲਾਂਟ ਡਾਕਟਰ ਸਰਵਿਸਸ ਐਸੋਸੀਏਸ਼ਨ ਪੰਜਾਬ ਯਾਨਕੀ ਪੀਡੀਐਸ ਨੇ ਵੀ ਆਪਣੀ ਇੱਕ ਦਿਨ ਦੀ ਤਨਖਾਹ ਜਿਹੜੀ ਕੁੱਲ 10 ਲੱਖ ਰੁਪਏ ਬਣਦੀ ਹੈ ਉਹ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਲਿਆ ਹੈ। ਹੜਾਂ ਦੀ ਸਥਿਤੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 15 ਜੁਲਾਈ ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕੀਤਾ ਗਿਆ ਸੀ ਤੇ ਇਹ ਪ੍ਰੀਖਿਆਵਾਂ ਹੁਣ 24 ਜੁਲਾਈ ਤੋਂ 1 ਅਗਸਤ ਤੱਕ ਹੋਣਗੀਆਂ ਯਾਨੀ ਕਿ ਪਰਸੋਂ ਤੋਂ ਇਹ ਪੇਪਰ ਸ਼ੁਰੂ ਹੋਣਗੇ ਜਿਹੜੇ ਮੁਲਤਵੀ ਕੀਤੇ ਗਏ ਸੀ ਤੇ ਵਧੇਰੇ ਜਾਣਕਾਰੀ ਦੇ ਲਈ ਵਿਦਿਆਰਥੀ ਵੈੱਬਸਾਈਟ ਤੇ ਸੰਪਰਕ ਕਰ ਸਕਦੇ ਨੇ ਜਿਹੜੀ ਬੋਰਡ ਦੀ ਵੈੱਬਸਾਈਟ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਉਸ ਤੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ